ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਇੱਕ ਹੁਸ਼ਿਆਰ ਚੋਰ ਜਿਸਨੇ 50,000 ਦੀ ਚੋਰੀ ਕੀਤੀ ਤੇ ਆਪਣੇ ਹੀ ਘਰ ਦੀ ਅਲਮਾਰੀ ਦੇ ਵਿੱਚ ਲੁਕ ਗਿਆ, ਪਰ ਫਿਰ ਵੀ ਪੁਲਿਸ ਨੇ ਕੀਤਾ ਕਾਬੂ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਾਨ ਵੀ ਦਬਾ ਲਓ। ਗੁਰਦਾਸਪੁਰ ITI ਕਲੋਨੀ ਦੇ ਵਿੱਚ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ, ਜਦੋਂ ਇੱਕ ਚੋਰ ਨੇ ਕਿਸੇ ਦੇ ਘਰ ਦੇ ਵਿੱਚ 50,000 ਦੀ ਚੋਰੀ ਕੀਤੀ ਤੇ ਆਪਣੇ ਘਰ ਪਹੁੰਚ ਗਿਆ, ਪਰ ਸੂ ਮਿਲਣ ਤੋਂ ਬਾਅਦ ਜਦੋਂ ਪੁਲਿਸ ਉਸਦੇ ਘਰ ਪਹੁੰਚੀ ਤਾਂ ਚੋਰ ਆਪਣੇ ਹੀ ਘਰ ਦੀ ਅਲਮਾਰੀ ਦੇ ਵਿੱਚ ਲੁਕ ਗਿਆ, ਪਰ ਪੁਲਿਸ ਨੇ ਉਸ ਨੂੰ ਅਲਮਾਰੀ ਦੇ ਵਿੱਚੋਂ ਫੜ ਲਿਆ। ਪੁਲਿਸ ਮੁਤਾਬਕ ਭਾਵੇਂ ਚੋਰ ਨੇ ਬਹੁਤ ਹੁਸ਼ਿਆਰੀ ਦਿਖਾਉਂਦੇ ਹੋਏ ਆਪਣੇ ਲੁਕਣ ਦਾ ਵਧੀਆ ਇੰਤਜ਼ਾਮ ਕਰ ਲਿਆ ਸੀ, ਪਰ ਫਿਰ ਵੀ ਉਹ ਕਾਬੂ ਆ ਗਿਆ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਚੋਰ ਇੰਨਾ ਸ਼ਾਤਰ ਸੀ ਕਿ ਉਸਨੇ ਪੁਲਿਸ ਉੱਤੇ ਹੀ ਉਸਨੂੰ ਮਾਰਨ ਕੁੱਟਣ ਦੇ ਇਲਜ਼ਾਮ ਵੀ ਲਗਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਚੋਰਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ। ਆਓ ਦੇਖਦੇ ਹਾਂ ਕਿ ਇਹ ਪੂਰਾ ਮਾਜਰਾ ਕੀ ਸੀ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ। ਤਾਂ ਚੜ ਕਰ ਦੇ ਦੋ ਗਗਨ ਜੀ, ਜਾਣ ਕੇ ਦੇਈ ਚਾਬੀ ਨੂੰ ਦੇ ਦੇ। ਹਾਂ ਹਾਂ, ਉਹ ਚਾਬੀ ਹੁੰਦੀ ਮੈਂ ਆਪਣੀ ਲੱਗਦਾ ਜੀ ਉਹ ਚਾਬੀ ਖਰਾਬ ਹੋਣੀ। ਓਏ ਓਏ ਮੰਨ ਗਿਆ ਜੇ, ਇਹਨੂੰ ਵੀ ਨਾਲ ਲਓ, ਇਹਨੂੰ ਵੀ ਨਾਲ ਲਾ ਲਓ, ਇਹਨੂੰ ਵੀ ਨਾਲ ਲੈਣਾ ਹੁਣ। ਵੈਰੀ ਗੁੱਡ, ਨਾਲ ਸਾਹਿਬ ਜੀ ਮੰਨ ਗਿਆ ਜੇ, ਮੰਨ ਗਏ ਨੇ, ਫੜਨ ਇਹਨੂੰ ਨਾਲ ਲਓ, ਜਨਾਨ ਲੇਡੀ ਨੂੰ ਲਾ ਲਓ, ਤੂੰ ਵੀ ਚੱਲ ਨਾਲ, ਤੂੰ ਵੀ ਨਾਲ ਹੀ ਚਲੇ ਗਈ ਹੁਣ ਭਾਜੀ, ਹਮਾਰੀ ਤੇ ਆ ਗਏ ਸੰਗ। ਲਓ ਜੀ, ਸਾਡੇ ਗੁਰਦਾਸਪੁਰ ਦੀ ਪੁਲਿਸ ਨੇ ਬਹੁਤ ਜੱਦੋਜਹਿਦ ਨਾਲ ਚੋਰ ਨੂੰ ਫੜ ਲਿਆ ਜੀ। ਬਲਕਾਰ ਸਿੰਘ, ਪਾਪਾ ਜੀ ਕਿਹਨਾਂ ਦਾ ਘਰ ਸੀ ਤੇ ਕੀ ਲੱਗਦੇ ਸੀ ਤੁਹਾਡੇ ਨਾਲ? ਇਹ ਮੇਰਾ ਛੋਟਾ ਲੜਕਾ ਫੌਜ ਵਿੱਚ ਨੌਕਰੀ ਕਰਦਾ ਸੀ, ਉਹਦੀ ਬਦਲੀ ਹੋ ਗਈ ਪਟਿਆਲੇ, ਸਰਬੱਤ ਸਿੰਘ ਉਹਦਾ ਨਾਮ। ਕਿੱਦਾਂ ਪਤਾ ਲੱਗਿਆ ਚੋਰੀ ਹੋਈ ਘਰ? ਇਹ ਅਸੀਂ ਅੱਜ ਆਏ ਸੀ ਵੀ ਚਲੋ ਉੱਧਰ ਫੇਰਾ ਮਾਰੇ, ਸਫਾਈ ਸਫੂਈ ਕਰਾਉਣੀ ਸੀ, ਅਤੇ ਆਣ ਕੇ ਵੇਖਿਆ ਤਾਂ ਦਰਵਾਜ਼ੇ ਸਾਰੇ ਟੁੱਟੇ ਰਹੇ। ਕਿੰਨਾ ਕੁ ਨੁਕਸਾਨ ਹੋਇਆ ਅੰਦਰ? ਨੁਕਸਾਨ ਦਾ ਸਰ ਜੀ ਮੈਨੂੰ ਕੋਈ ਪਤਾ ਨਹੀਂ, ਉਹ ਮੇਰਾ ਬੇਟਾ ਆਏਗਾ ਇੱਥੇ ਅਤੇ ਉਹਦੇ ਕੋਲ ਪਤਾ ਲੱਗਣਾ ਵੀ ਕੀ ਨੁਕਸਾਨ ਹੋਇਆ। ਇੱਥੇ ਦੇ ਅੱਗੇ ਵੀ ਬਹੁਤ ਚੋਰੀਆਂ ਹੋ ਜਾਣੇ, ਪਰ ਸਾਨੂੰ ਅਜੇ ਕਦ ਕੋਈ ਪਤਾ ਨਹੀਂ। ਪੁਲਿਸ ਵਾਲੇ ਆਏ ਸੀ ਕੋਈ? ਹਾਂ, ਪੁਲਿਸ ਵਾਲੇ ਆਏ, ਉਹਨਾਂ ਨੇ ਕੋਈ ਤੁਹਾਡੇ ਲਿਖੇ ਬਿਆਨ ਜੂਨ ਜੀ? ਉਹਨਾਂ ਮੇਰੇ ਨਾਮ ਪਤਾ ਪੁੱਛਿਆ ਅਤੇ ਦਸਖਤ ਕਰਾ ਲਏ, ਬਾਕੀ ਰਿਪੋਰਟ ਉਹਨਾਂ ਪੂਰੀ ਲਿਖੀ। ਕੀ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਤੁਸੀਂ? ਮੈਂ ਆਪਣੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਉਹਨੂੰ ਫੜਿਆ ਜਾਵੇ ਅਤੇ ਇਨਸਾਫ ਜਵਾਬ। ਸਰ ਸਾਡੇ 17 ਤਰੀਕ ਨੂੰ ਰਾਤ ਨੂੰ ਚੋਰੀ ਹੋਏਗੀ ITI ਦੇ ਵਿੱਚ, ਅਤੇ ਚਲੋ ਉੱਧਰ ਵੀ ਰਾਤ ਨੂੰ ਫੜ ਲਿਆ ਸੀ ਚੋਰ, ਪੁਲਿਸ ਵਾਲਾ ਕਰਤਾ ਸੀਗਾ, ਅਤੇ ਉਹਨਾਂ ਨੇ ਸਵੇਰੇ ਉਹਦੇ ਮਤਲਬ ਤਰਸ ਦੇ ਆਧਾਰ 'ਤੇ ਉਹਦੇ ਰਸੌਲੀ ਸੀਗੀ ਢਿੱਡ ਦੇ ਵਿੱਚ ਅਤੇ ਛੱਡ ਦਿੱਤਾ। ਉਸ ਤੋਂ ਬਾਅਦ ਸਾਨੂੰ ਦੂਜੇ ਦਿਨ ਪਤਾ ਲੱਗਿਆ ਵੀ ਚੋਰੀ ਹੋ ਗਈ ਹੈ ਪਿੰਡ ਦੇ ਵਿੱਚ, 50,000 ਰੁਪਏ ਕੱਢ ਕੇ ਲੈ ਗਏ ਨੇ। ਚਲੋ ਇਹਨਾਂ ਨੇ ਛੱਡ ਦਿੱਤਾ, ਮੁੜ ਕੇ ਅਸੀਂ ਉਹਨਾਂ ਦੀ ਸ਼ੂਹ ਰੱਖੀ ਹੈ ਮੁੰਡਿਆਂ ਦੀ। ਕੱਲ੍ਹ ਫਿਰ ਸਾਨੂੰ ਸ਼ੱਕ ਪਿਆ ਵਾ ਕਿ ਉਹ ਮੁੰਡੇ ਘਰ ਦੇ ਵਿੱਚ ਸੀਗੇ, ਔਰ ਆਪਾਂ ਪੁਲਿਸ ਦੀ ਟੀਮ ਨੂੰ ਨਾਲ ਖੜਿਆ, ਮੇਰੇ ਨਾਲ ਇੱਕ ਮਿੱਤਰ ਸੀਗੇ ਮੇਰੇ ਗਗਨ ਜੀ, ਉਹ ਗਏ ਨੇ ਨਾਲ, ਅਤੇ ਆਪਾਂ ਜਦੋਂ ਐਂਟਰੀ ਕੀਤੀ ਘਰ ਦੇ ਵਿੱਚ ਅਤੇ ਉੱਥੇ ਕੁਛ ਨਹੀਂ ਮਿਲਿਆ, ਪਰ ਸਾਨੂੰ ਇਹ ਸ਼ੂਹ ਸੀ ਵੀ ਮੁੰਡਾ ਘਰ ਦੇ ਵਿੱਚ ਹੀ ਆ। ਲਗਭਗ ਘੰਟਾ ਡੇਢ ਘੰਟਾ ਹੀ ਜਦੋਂ ਜਾਰੀ ਕੀਤੀ, ਸਾਰਾ ਕੁਝ ਫੋਲ ਲਿਆ, ਪਰ ਸਾਨੂੰ ਲੱਭਾ ਨਹੀਂ, ਉਹ ਮੁੰਡਾ ਨਹੀਂ ਲੱਭਾ। ਪਰ ਜਦ ਕਿ ਸਾਨੂੰ ਸ਼ੂਹ ਸੀਗੀ ਵੀ ਮੁੰਡਾ ਘਰੇ ਸੀਗਾ, ਇੱਕ ਗੱਟ ਦੀ ਅਲਮਾਰੀ ਸੀਗੀ, ਪਰ ਉਹਦੀ ਵਾਈਫ ਨੂੰ ਅਸੀਂ ਪੁੱਛਿਆ ਵੀ ਇਹਨੂੰ ਅਲਮਾਰੀ ਨੂੰ ਖੋਲੋ, ਪਰ ਉਹਦੀ ਵਾਈਫ ਜਿਹੜੀ ਸੀ ਉਹਦੇ ਨਾਲ ਰਲੀ ਹੋਈ ਸੀ, ਉਹਨੇ ਬਸ ਇਹ ਬੱਚੇ ਨੂੰ ਵੀ ਚਾਬੀ ਗਵਾਤੀ ਹੈ, ਕਿਤੇ ਨਾ ਕਿਤੇ ਡਿੱਗ ਪਈ ਹੈ ਚਾਬੀ, ਅਤੇ ਆਪਾਂ ਵੀ ਚਲੋ ਮਹਿਸੂਸ ਕੀਤਾ ਵੀ ਸ਼ੋਰ ਅਲਮਾਰੀ ਦੇ ਵਿੱਚ ਨਾ ਹੋਏ। ਆਪਾਂ ਲਗਭਗ 1-1.5 ਘੰਟੇ ਦੀ ਜਦੋਂ ਜਾਇਦ ਦੇ ਬਾਹਰ ਆਪਾਂ ਘਰ ਬਾਹਰ ਆ ਗਏ ਹਾਂ, ਪਰ ਫਿਰ ਵੀ ਸਾਡਾ ਜਿਹੜਾ ਮਨ ਸੀ ਨਾ ਮੰਨਿਆ ਨਹੀਂ ਵੀ ਅਲਮਾਰੀ ਦੇ ਵਿੱਚ ਹੋ ਸਕਦਾ ਉਹ ਚੋਰ ਤਾਂ ਨਾ ਹੋਵੇ।
ਪਰ ਕੁਛ ਨਾ ਕੁਛ ਸਾਨੂੰ ਕਲਿਊ ਜ਼ਰੂਰ ਮਿਲ ਸਕਦਾ ਵਾ। ਆਪਾਂ ਫਿਰ ਅੰਦਰ ਗਏ ਹਾਂ, ਉਹਦੇ ਕੋਲ ਚਾਬੀ ਮੰਗੀ ਆ, ਉਹਦੀ ਵਾਈਫ ਨੇ ਚਾਬੀ ਨਹੀਂ ਦਿੱਤੀ ਹੈਗੀ। ਆਪਾਂ ਕੀ ਕੋਸ਼ਿਸ਼ ਕੀਤੀ ਆ ਕਿ ਪਹਿਲਾਂ ਪਲਾਸ ਨਾਲ ਨਟ ਖੋਲਦੇ ਹਾਂ, ਫਿਰ ਗਗਨ ਜੀ ਮੈਂ ਯਾਰ ਅਲਮਾਰੀ ਜਿਹੜੀ ਆ ਲੱਕੜ ਦੀ ਆ ਮਾਰਾ ਜਿਹਾ ਖਿੱਚਾ ਮਾਰੋ ਉਹਨੂੰ, ਉਹਨਾਂ ਨੇ ਖਿੱਚਾ ਮਾਰਿਆ ਵਾ ਔਰ ਅਲਮਾਰੀ ਦੇ ਥੱਲੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਕਿੱਥੇ ਲੁਕਿਆ ਦਾ ਸੀਗਾ। ਲਗਭਗ ਘੰਟੇ ਤੋਂ ਡੇਢ ਘੰਟੇ ਦੇ ਵਿੱਚ ਉਹ ਮਤਲਬ ਉੱਥੇ ਅਲਮਾਰੀ ਵਿੱਚ ਲੁਕਿਆ ਰਿਹਾ। ਔਰ ਸਾਡੀ ਮੰਗ ਇਹ ਆ ਕਿ ਇੱਕ ਤਾਂ ਦੇਖੋ ਉਹਦੀ ਵਾਈਫ ਜਿਹੜੀ ਆ ਬਿਲਕੁਲ ਉਹਦੇ ਨਾਲ ਰਲੀ ਹੋਈ ਆ, ਜਿਹਨੇ ਇੱਕ ਡੇਢ ਘੰਟਾ ਸਾਨੂੰ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ। ਤਿੰਨ ਮੁਲਾਜ਼ਮ ਪਲੱਸ ਦੋ ਜਣੇ ਅਸੀਂ ਜਿਹਨਾਂ ਨੂੰ ਪੂਰਾ ਉਹਨੇ ਮਤਲਬ ਗੱਦੀ ਗੇਟ 'ਚ ਪਾ ਕੇ ਰੱਖਿਆ, ਠੀਕ ਹੈ। ਔਰ ਸਾਡੀ ਮੰਗ ਇਹ ਆ ਕਿ ਚਲੋ ਇੱਕ ਤਾਂ ਬਿਮਾਰ ਆ, ਚਲੋ ਉਹ ਪੀ ਜੀ ਆਈ ਸ਼ਾਇਦ ਸ਼ਿਫਟ ਵੀ ਕਰਤਾ, ਪਰ ਉਹਦੇ ਨਾਲ ਇੱਕ ਉਹਦਾ ਭਰਾ ਸੀਗਾ, ਉਹਨੂੰ ਫੜਿਆ ਜਾਵੇ, ਪੁੱਛਗਿੱਛ ਕੀਤੀ ਜਾਵੇ, ਪਲੱਸ ਉਹਦੀ ਘਰ ਦੀ ਨਾਲ ਲੜੀ ਹੋਏਗੀ। ਕਿਉਂਕਿ ਸਾਡੇ ਪਿੰਡ ਦੇ ਵਿੱਚ 16-17 ਚੋਰੀਆਂ ਹੋ ਚੁੱਕੀਆਂ ਨੇ, ਸਾਨੂੰ ਇਹ ਡਾਊਟ ਆ ਕਿ ਸਾਡੇ ਪਿੰਡ ਦਾ ਕੋਈ ਨਾ ਕੋਈ ਉਸ ਗੈਂਗ ਦੇ ਨਾਲ ਰਲਿਆ ਹੋਇਆ ਵਾ। ਅਸੀਂ ਇਹ ਚਾਹੁੰਦੇ ਹਾਂ ਵੀ ਗਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲ ਦਾ ਨੁਕਸਾਨ ਨਾ ਹੋ ਸਕੇ, ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਦਾ ਹੱਲ ਕੀਤਾ ਜਾਵੇ, ਉਹਦੇ ਦੂਸਰੇ ਭਰਾ ਨੂੰ ਫੜ ਕੇ ਜਾਂ ਉਹਦੀ ਵਾਈਫ 'ਤੇ ਵੀ ਮਤਲਬ ਇਹ ਚੀਜ਼ ਦਾ ਹੋਣਾ ਚਾਹੀਦਾ ਵਾ ਵੀ ਉਹ ਨਾਲ ਰਲੀ ਹੋਈ ਆ। ਔਰ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਜਿਹੜਾ ਪਿੰਡ ਦਾ ਕੋਈ ਨਾਲ ਰਲਿਆ ਦਾ ਵਾ ਨਾ ਉਹਨੂੰ ਫੜਿਆ ਜਾਵੇ, ਬਸ ਅਸੀਂ ਜੜ੍ਹ ਤੱਕ ਜਾਣਾ ਚਾਹੁੰਦੇ, ਹੋਰ ਕੋਈ ਗੱਲ ਨਹੀਂ ਸਰ। ਚੋਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਆਪਣੇ ਘਰ ਆਇਆ ਵਾ, ਅਤੇ ਅਸੀਂ ਜਦੋਂ ਗਏ ਹਾਂ ਨਾਲ ਮਦਈ ਪਾਰਟੀ ਵੀ ਨਾਲ ਗਈ ਸਾਡੇ ਨਾਲ, ਸਰਪੰਚੀ ਵੀ ਹਾਜ਼ਰੀ ਉੱਥੇ, ਸਰਪੰਚ ਦੀ ਹਾਜ਼ਰੀ ਵਿੱਚ ਉਹਨੂੰ ਅਲਮਾਰੀ ਦੇ ਵਿੱਚੋਂ ਕੱਢਿਆ ਸੀ, ਉਹਨੂੰ ਅਲਮਾਰੀ ਕੱਢ ਕੇ ਇੱਥੇ ਲਿਆਂਦਾ ਅਤੇ ਇੱਥੇ ਆ ਕੇ ਉਹਨੇ ਆਪਣੇ ਜ਼ਖਮ ਜਿਹੜਾ ਆਪਰੇਸ਼ਨ ਹੋਇਆ ਸੀ ਉਹਨੇ ਆਪਣੇ ਆਪ ਨੂੰ ਛੇੜ ਲਿਆ, ਅਤੇ ਫਿਰ ਸਾਡੇ ਅਫਸਰਾਂ ਦੇ ਨੋਟਸ ਵਿੱਚ ਲਿਆਂਦਾ ਅਤੇ ਅਫਸਰਾਂ ਨੇ ਕਹਿੰਦੇ ਇਹਨਾਂ ਨੂੰ ਛੱਡ ਦਿਓ, ਅਸੀਂ ਕਿਸੇ ਦੇ ਹਵਾਲੇ ਕਰਤਾ, ਉਹਨੇ ਮੁੱਢ ਪਰ ਬੰਦਿਆਂ ਦੇ ਹਵਾਲੇ ਕਰ ਦਿੱਤਾ। ਹੁਣ ਇਸ ਵਕਤ ਉਹ ਜਿਹੜਾ ਵਾ ਬੰਦਾ ਉਹ ਪੀ ਜੀ ਆਈ ਦਾਖਲ ਆ, ਪੀ ਜੀ ਆਈ ਰੈਫਰ ਕਰਦਾ ਉਹਨੂੰ। ਉੱਥੇ ਚੋਰੀ ਉਹ ਆਉਂਦੇ ਸਾਡੇ 50,000 ਰੁਪਇਆ ਚੋਰੀ ਹੋਇਆ ਵਾ, ਅਤੇ ਚਲੋ ਦੂਜਾ ਜਿਹੜਾ ਉਹਦਾ ਭਰਾ ਵਾ ਉਹ ਅਸੀਂ ਟਰਾਈ ਕਰਦੇ ਹਾਂ ਕਿ ਉਹਨੂੰ ਮਿੰਟੋ ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕਰ ਦਈਏ ਉਹਨੂੰ, ਤਾਂ ਜੋ ਪਤਾ ਲੱਗ ਸਕੇ ਕਿ ਇਹਦੇ ਵਿੱਚ ਹੋਰ ਤਾਂ ਨਹੀਂ ਕੋਈ ਬੰਦਾ, ਕੋਈ ਇੱਥੇ ਇਨਵਾਲਵ ਕੋਈ ਸਾਡੇ ਤੁਹਾਡੇ ਮੁਹੱਲੇ ਦਾ ਕੋਈ। ਅਲਮਾਰੀ ਇੱਕ ਕਾਫੀ ਘੰਟਾ ਕੁ ਅਸੀਂ ਉੱਥੇ ਰਹੇ ਹਾਂ ਅਤੇ ਘੰਟੇ ਦੇ ਵਿੱਚ ਉਹਨਾਂ ਨੇ ਕੋਈ ਵੀ ਹਿਲਜੋਲ ਨਹੀਂ ਕੀਤੀ, ਫਿਰ ਸਾਨੂੰ ਪੱਕਾ ਸ਼ੱਕ ਹੋ ਗਿਆ ਕਿ ਅਲਮਾਰੀ ਵਿੱਚ ਆ, ਅਲਮਾਰੀ ਨੂੰ ਅਸੀਂ ਫਿਰ ਖਿਲਾ ਕੇ ਅਤੇ ਫਿਰ ਉਹਦੇ ਵਿੱਚੋਂ ਕੱਢਿਆ ਉਹਨੂੰ। ਦੇਖਦੇ ਹਾਂ ਜੇ ਉਹ ਦੂਜਾ ਮੁੰਡਾ ਫੜਿਆ ਜਾਂਦਾ ਤਾਂ ਉਹਦੇ ਵਿੱਚ ਪੁੱਛਗਿੱਛ ਵਿੱਚ ਕੀ ਆਉਂਦਾ ਵਾ। ਅਸੀਂ ਹੁਣ ਗਾਂ ਅੱਗੇ ਤੋਂ ਆਪਣੀਆਂ ਪੀ ਸੀ ਆਰ ਉੱਥੋਂ ਵਧਾ ਦਿੰਦੇ ਹਾਂ, ਗਸ਼ਤ ਵਧਾ ਦਿੰਦੇ ਹਾਂ, ਗਸ਼ਤ ਵਧਾ ਕੇ ਅਤੇ ਤਾਂ ਜੋ ਅੱਗੇ ਤੋਂ ਗਾਂ ਇਹੋ ਜਿਹੀ ਗੱਲਬਾਤ ਕੋਈ ਚੋਰੀ ਨਾ ਹੋ ਸਕੇ। ਅੱਜ ਉਹ ਮੁਹੱਲੇ ਵਾਲੇ ਤੁਹਾਡੇ ਕੋਲ ਇਕੱਠੇ ਹੋ ਗਏ ਵੀ ਆਏ ਆ, ਕੀ ਸੋਚਦੇ ਉਹਨਾਂ ਨੂੰ? ਇਹੋ ਹੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਉੱਥੇ ਅਸੀਂ ਆਪਣੇ ਪੀ ਸੀ ਆਰ ਦੀ ਗਸ਼ਤ ਵਧਾਵਾਂਗੇ ਅਤੇ ਉਹਨਾਂ ਨੂੰ ਕੰਟਰੋਲ ਕਰਾਂਗੇ।